ਕੁਝ ਸਮਾਂ ਪਹਿਲਾਂ ਦੋਸਤੋਂ ਤੁਹਾਡੇ ਨਾਲ ਪੰਜਾਬੀ ਮਾਡਲ ਤੇ ਐਕਟਰ ਨਵੀ ਪੰਗੂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜੋ ਤੁਸੀਂ ਕਾਫੀ ਪਸੰਦ ਕੀਤੀ ਤੇ ਬਹੁਤ ਸਾਰੇ ਦੋਸਤਾਂ ਨੇ ਕਮੈਂਟ ਕੀਤਾ ਕਿ ਸਾਡੇ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਸੋ ਫੇਰ ਤੋਂ ਇੱਕ ਵਾਰ ਤੁਹਾਡੇ ਪੁਰਾਣੇ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਜਾ ਰਹੇ ਹਾਂ ਪੰਜਾਬੀ ਮਾਡਲ ਸਾਨੀਆ ਪੰਨੂ ਦੀ ਜਾਣਕਾਰੀ ਦੇ ਨਾਲ। ਮੈਂ ਤੁਹਾਡਾ ਦੋਸਤ ਗਗਨਦੀਪ ਇੱਕ ਵਾਰ ਫੇਰ ਤੋਂ ਤੁਹਾਡੇ ਸਾਰਿਆਂ ਦਾ ਵੈਲਕਮ ਕਰਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਪੰਜਾਬੀ ਮੂਵੀਜ਼ ਅੱਡਾ ਵਿੱਚ। ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸਾਨੀਆ ਪੰਨੂ ਦੇ ਲਾਈਫ, ਫੈਮਿਲੀ, ਵਿਆਹ ਦੇ ਬਾਰੇ ਤੇ ਜਾਣਾਂਗੇ ਕਿ ਅੱਜ ਕੱਲ੍ਹ ਉਹ ਕਿੱਥੇ ਰਹਿ ਰਹੇ ਨੇ ਤੇ ਕਿਉਂ ਪੰਜਾਬੀ ਇੰਡਸਟਰੀ 'ਚ ਬਹੁਤ ਹੀ ਘੱਟ ਨਜ਼ਰ ਆਉਂਦੇ ਨੇ। ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਤੁਸੀਂ ਸਾਨੀਆ ਪੰਨੂ ਦੇ ਵੱਲੋਂ ਐਕਟ ਕੀਤੇ ਗਏ ਕਿਹੜੇ ਕਿਹੜੇ ਗੀਤ ਅੱਜ ਵੀ ਸੁਣਦੇ ਹੋ ਇਹ ਵੀ ਕਮੈਂਟਸ ਕਰਕੇ ਜ਼ਰੂਰ ਦੱਸਿਓ ਤੇ ਨਾਲ ਹੀ ਵੀਡੀਓ ਨੂੰ ਲਾਈਕ ਕਰਨਾ ਵੀ ਨਾ ਭੁੱਲਿਓ। ਅਸੀਂ ਮਸ਼ਹੂਰ ਲੋਕਾਂ ਬਾਰੇ ਤੇ ਸਿਤਾਰਿਆਂ ਬਾਰੇ ਇੰਟਰਸਟਿੰਗ ਜਾਣਕਾਰੀ ਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਤੁਸੀਂ ਉੱਪਰ ਦਿੱਤੇ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਵੱਧਦੇ ਹਾਂ ਅੱਜ ਦੀ ਵੀਡੀਓ ਵੱਲ। ਸਾਨੀਆ ਪੰਨੂ ਦਾ ਜਨਮ ਅੰਮ੍ਰਿਤਸਰ 'ਚ ਹੋਇਆ ਤੇ ਜਨਮ ਦਿਨ ਆਉਂਦਾ ਹੈ 18 ਅਕਤੂਬਰ ਨੂੰ। ਸਾਨੀਆ ਦੇ ਪਿਤਾ ਜੀ ਦਾ ਨਾਮ ਹੈ ਤੀਰਥ ਸਿੰਘ ਪੰਨੂ ਤੇ ਮਾਤਾ ਜੀ ਦਾ ਨਾਮ ਹੈ ਗੁਰਸ਼ਰਨਜੀਤ ਕੌਰ। ਪਰਿਵਾਰ 'ਚ ਸਾਨੀਆ ਤੋਂ ਇਲਾਵਾ ਉਹਨਾਂ ਦੇ ਇੱਕ ਭਰਾ ਵੀ ਨੇ। ਸਾਨੀਆ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਸਕੂਲਿੰਗ ਅੰਮ੍ਰਿਤਸਰ ਦੇ ਹੀ ਸੈਂਟ ਮੈਰੀਜ਼ ਸਕੂਲ ਅੰਮ੍ਰਿਤਸਰ ਤੋਂ ਪੂਰੀ ਕੀਤੀ। ਸਾਨੀਆ ਦੇ ਕਰੀਅਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਛੋਟੇ ਹੁੰਦਿਆਂ ਤੋਂ ਹੀ ਐਕਟਿੰਗ ਦਾ ਕਾਫ਼ੀ ਸ਼ੌਂਕ ਸੀ ਤੇ ਬਾਲੀਵੁੱਡ ਦੀਆਂ ਫਿਲਮਾਂ ਤੋਂ ਵੀ ਕਾਫ਼ੀ ਪ੍ਰਭਾਵਿਤ ਰਹੇ। ਬਚਪਨ 'ਚ ਹੀ ਉਹਨਾਂ ਨੇ ਆਪਣਾ TV ਤੇ ਆਉਣ ਦਾ ਟੀਚਾ ਮਿੱਥ ਲਿਆ ਸੀ, ਜਿਸ ਕਰਕੇ ਉਹ ਸਕੂਲ 'ਚ ਹੋਣ ਵਾਲੇ ਹਰ ਤਰ੍ਹਾਂ ਦੇ ਕਲਚਰਲ ਪ੍ਰੋਗਰਾਮ ਦਾ ਹਿੱਸਾ ਬਣਦੇ। ਸਕੂਲ 'ਚ ਪੜ੍ਹਨ ਦੇ ਦੌਰਾਨ ਹੀ ਸਾਨੀਆ ਨੂੰ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਨਾਲ ਜੁੜਨ ਦਾ ਮੌਕਾ ਵੀ ਮਿਲਿਆ। ਸਾਨੀਆ ਨੇ ਛੋਟੀ ਉਮਰ 'ਚ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਲਈ। ਉਹ ਸਿਰਫ 16 ਸਾਲ ਦੀ ਸੀ ਜਦੋਂ ਉਹਨਾਂ ਨੇ ਆਪਣਾ ਪਹਿਲਾ ਪੰਜਾਬੀ ਗਾਣਾ ਕੀਤਾ। ਆਪਣੇ ਪਹਿਲੇ ਹੀ ਗਾਣੇ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪੰਜਾਬੀ ਦਰਸ਼ਕਾਂ ਨੇ ਸਾਨੀਆ ਪੰਨੂ ਵੱਲੋਂ ਐਕਟ ਕੀਤੇ ਹਰ ਗੀਤ ਨੂੰ ਬਹੁਤ ਹੀ ਪਸੰਦ ਕੀਤਾ। ਸਾਲ 2003 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਮਗਰੋਂ ਸਾਨੀਆ ਪੰਨੂ ਹਰ ਪੰਜਾਬੀ ਗਾਣੇ ਦੀ ਪਹਿਲੀ ਪਸੰਦ ਬਣ ਗਏ। ਸਾਨੀਆ ਪੰਨੂ ਵੱਲੋਂ ਐਕਟ ਕੀਤੇ ਗਏ ਗਾਣਿਆਂ ਦੀ ਗਿਣਤੀ ਬਹੁਤ ਹੀ ਲੰਬੀ ਹੈ। ਉਹਨਾਂ ਨੇ ਕਰੀਬ 400 ਗਾਣੇ ਕੀਤੇ ਤੇ ਇਹਨਾਂ ਵਿੱਚੋਂ ਹੀ ਉਹਨਾਂ ਦੇ ਸੁਪਰਹਿੱਟ ਗਾਣਿਆਂ ਦੇ ਨਾਮ ਲਈਏ ਤਾਂ ਗੀਤਾ ਜੈਲਦਾਰ ਦੇ ਵੱਲੋਂ ਗਾਇਆ ਗਿਆ ਸਿਟੀ, ਅਮਰ ਅਰਸ਼ੀ ਵੱਲੋਂ ਗਾਇਆ ਗਿਆ ਗੋਰਾ ਰੰਗ, ਸੁਰਜੀਤ ਭੁੱਲਰ ਦਾ ਵੰਗ ਟੁੱਟ ਗਈ, ਬਲਵਿੰਦਰ ਮਾਂਗਟ ਦਾ ਤ੍ਰਿੰਜਣਾ, ਧਰਮਪ੍ਰੀਤ ਦਾ ਤੂੰ ਰੁਸਣਾ ਜਿਹੇ ਗੀਤਾਂ 'ਚ ਨਜ਼ਰ ਆਏ ਜੋ ਕਿ ਪੰਜਾਬੀ ਦਰਸ਼ਕਾਂ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤੇ। ਪੰਜਾਬੀ ਗੀਤਾਂ 'ਚ ਕੰਮ ਕਰਨ ਤੋਂ ਬਾਅਦ ਸਾਨੀਆ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਸਾਲ 2006 'ਚ ਸੁਪਰਹਿੱਟ ਫਿਲਮ ਮਹਿੰਦੀ ਵਾਲੇ ਹੱਥ ਨਾਲ ਕਦਮ ਰੱਖਿਆ। ਇਹ ਫਿਲਮ ਹਿੱਟ ਰਹੀ ਤੇ ਸਾਨੀਆ ਦੀ ਐਕਟਿੰਗ ਨੂੰ ਵੀ ਕਾਫ਼ੀ ਪਸੰਦ ਕੀਤਾ ਗਿਆ। ਇਸ ਫਿਲਮ ਤੋਂ ਬਾਅਦ ਸਾਨੀਆ ਨੂੰ ਕੁਝ ਹੋਰ ਫਿਲਮਾਂ 'ਚ ਵੀ ਦੇਖਿਆ ਗਿਆ, ਜਿਵੇਂ ਕਿ ਜਸਪਾਲ ਭੱਟੀ ਵੱਲੋਂ ਬਣਾਈ ਫਿਲਮ ਜੀਜਾ ਜੀ, ਇਸ ਦੇ ਨਾਲ ਹੀ ਸਿਕਿਉਰਿਟੀ ਗਾਰਡ ਤੇ ਕੌਣ ਦਿਲਾਂ ਦੀਆਂ ਜਾਣੇ ਫਿਲਮਾਂ 'ਚ ਵੀ ਸਾਨੀਆ ਨੇ ਕੰਮ ਕੀਤਾ। ਇਹ ਫਿਲਮਾਂ ਕਾਫ਼ੀ ਪਸੰਦ ਕੀਤੀਆਂ ਗਈਆਂ। ਸਾਨੀਆ ਦੱਸਦੇ ਨੇ ਕਿ ਉਹਨਾਂ ਨੇ ਕਦੇ ਵੀ ਕਿਸੇ ਤਰ੍ਹਾਂ ਦੀ ਐਕਟਿੰਗ ਦੀ ਕਲਾਸਾਂ ਨਹੀਂ ਲਾਈਆਂ ਸੀ, ਸੋ ਉਹ ਆਪਣੀ ਐਕਟਿੰਗ ਸਕਿੱਲਸ ਨੂੰ ਹੋਰ ਵੀ ਜ਼ਿਆਦਾ ਨਿਖਾਰਨਾ ਚਾਹੁੰਦੇ ਸੀ ਤਾਂ ਜੋ ਹੋਰ ਮਿਲਣ ਵਾਲੇ ਮੌਕਿਆਂ 'ਚ ਖਰਾ ਉਤਰਨ ਅਤੇ ਇੰਡਸਟਰੀ 'ਚ ਟਿਕ ਸਕਣ। ਸੋ ਸਾਨੀਆ ਨੇ ਦਿੱਲੀ ਦੇ ਮਸ਼ਹੂਰ ਪਦਮਨੀ ਕੋਲਾਪੁਰੀ ਐਕਟਿੰਗ ਸਕੂਲ ਨੂੰ ਜੁਆਇਨ ਕੀਤਾ, ਜਿਸ ਤੋਂ ਬਾਅਦ ਸਾਨੀਆ ਪੰਨੂ ਨੂੰ ਕੁਝ ਕਮਰਸ਼ੀਅਲ ਐਡਵਰਟਾਈਜ਼ਮੈਂਟ 'ਚ ਦੇਖਿਆ ਗਿਆ। ਫਿਰ ਸਾਨੀਆ ਨੇ ਆਪਣੀ ਅਗਲੀ ਮੰਜ਼ਿਲ ਵੱਲ ਵੱਧਦੇ ਹੋਏ ਮੁੰਬਈ ਜਾਣ ਦਾ ਫੈਸਲਾ ਕੀਤਾ, ਜਿੱਥੇ ਉਹਨਾਂ ਨੂੰ ਕੁਝ ਪੰਜਾਬੀ ਨਾਟਕਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ, ਜਿਵੇਂ ਕਿ ਸਿਉਂਕ, ਸੁਰਖਾਵ ਅਤੇ ਬਲੀਦਾਨ, ਅਤੇ ਨਾਲ ਹੀ ਆਹਟ ਅਤੇ ਪੀਆ ਕਾ ਘਰ ਪਿਆਰਾ ਲੱਗੇ ਜਿਹੇ ਕੁਝ ਹਿੰਦੀ ਸੀਰੀਅਲ 'ਚ ਵੀ ਸਾਨੀਆ ਨੂੰ ਦੇਖਿਆ ਗਿਆ। ਪਰ ਇਸ ਤੋਂ ਬਾਅਦ ਸਾਨੀਆ ਕਰੀਬ 2 ਸਾਲ ਇੰਡਸਟਰੀ ਤੋਂ ਦੂਰ ਰਹੇ। ਸਾਨੀਆ ਕਹਿੰਦੇ ਨੇ ਕਿ ਉਹਨਾਂ ਦਾ ਜ਼ਿਆਦਾ ਧਿਆਨ ਕੁਆਂਟਿਟੀ ਨਾਲੋਂ ਕੁਆਲਿਟੀ 'ਤੇ ਹੈ ਤਾਂ ਜੋ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਦੇਖਣ ਲਈ ਇੱਕ ਚੰਗਾ ਮੈਟਰ ਮਿਲੇ। 2 ਸਾਲ ਇੰਡਸਟਰੀ ਤੋਂ ਦੂਰ ਰਹਿਣ ਤੋਂ ਬਾਅਦ ਸਾਨੀਆ ਪੰਨੂ ਨੇ ਸਾਲ 2016 'ਚ ਬਾਲੀਵੁੱਡ ਮੂਵੀ ਏਕ ਕਹਾਣੀ ਜੂਲੀ ਕੀ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਹਾਲਾਂਕਿ ਇਹ ਫਿਲਮ ਦਰਸ਼ਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤੀ ਅਤੇ ਇਸ ਨੂੰ ਮਿਲਿਆ ਜੁਲਿਆ ਰਿਸਪੌਂਸ ਹੀ ਮਿਲਿਆ। ਸਾਨੀਆ ਪੰਨੂ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਅਜੇ ਉਹ ਸਿੰਗਲ ਨੇ ਅਤੇ ਮੁੰਬਈ 'ਚ ਰਹਿ ਰਹੇ ਨੇ। ਆਖਰੀ ਵਾਰ ਸਾਨੀਆ ਨੂੰ ਸਾਲ 2017 'ਚ ਨੂਰਾਂ ਸਿਸਟਰਸ ਵੱਲੋਂ ਗਾਏ ਗੀਤ ਵੰਜਲੀ ਦੀ ਹੂਕ 'ਚ ਦੇਖਿਆ ਗਿਆ ਅਤੇ ਫਿਲਹਾਲ ਉਹ ਕਮਰਸ਼ੀਅਲ ਐਡਸ ਲਈ ਕੰਮ ਕਰ ਰਹੇ ਨੇ। ਸੋ ਦੋਸਤੋ, ਕਿਵੇਂ ਦੀ ਲੱਗੀ ਫਿਰ ਤੁਹਾਨੂੰ ਅੱਜ ਦੀ ਇਹ ਜਾਣਕਾਰੀ? ਉਮੀਦ ਕਰਦੇ ਹਾਂ ਕਿ ਤੁਹਾਡੀਆਂ ਪੁਰਾਣੀਆਂ ਯਾਦਾਂ ਇੱਕ ਵਾਰ ਫੇਰ ਤੋਂ ਤਾਜ਼ਾ ਹੋਈਆਂ ਹੋਣਗੀਆਂ। ਜਾਣਕਾਰੀ ਪਸੰਦ ਆਈ ਤਾਂ ਕਮੈਂਟਸ ਰਾਹੀਂ ਜ਼ਰੂਰ ਦੱਸਿਓ ਅਤੇ ਸਾਨੀਆ ਦਾ ਕਿਹੜਾ ਗੀਤ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ ਉਹ ਵੀ ਜ਼ਰੂਰ ਦੱਸਿਓ। ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਵੀ ਨਾ ਭੁੱਲਿਓ। ਅੱਜ ਦੀ ਵੀਡੀਓ 'ਚ ਸਿਰਫ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ 'ਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਲਈ
ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ 'ਤੇ ਪ੍ਰੈਸ ਕਰੋ।